बोले सोने हाल सास भी अकाल। अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। वाहिगुरु जी का खालसा, वाहिगुरु जी की फतेह। ਵਾਹਿਗੁਰੂ ਸਾਹਿਬ ਜੀ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈਂ ਜਾਣੀਐ ਸਭ ਆਪੇ ਸਚਿਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਆਪ ਜੀ, ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਜੋ ਪਿਛਲੇ ਹਫ਼ਤੇ ਅਸੀਂ ਇਸ ਚੌਥੀ ਪੌੜੀ ਦੀ ਵਿਚਾਰ ਆਰੰਭ ਕੀਤੀ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਉਹ ਵਾਹਿਗੁਰੂ ਸਦਾ ਰਹਿਣ ਵਾਲਾ ਸਭ ਦਾ ਮਾਲਕ ਹੈ। ਉਸ ਦਾ ਨਿਆਂ, ਉਸ ਦਾ ਹੁਕਮ ਜੋ ਸੰਸਾਰ ਵਿੱਚ ਵਰਤਦਾ ਹੈ ਉਹ ਵੀ ਸੱਚਾ ਹੈ, ਮਰ ਕਹਿੰਦੇ ਉਸ ਦੀ ਬੋਲੀ ਵੀ ਪ੍ਰੇਮ ਦੀ ਬੋਲੀ ਹੈ, ਉਹਨੂੰ ਹੋਰ ਕੋਈ ਬੋਲੀ ਨਹੀਂ ਆਉਂਦੀ। ਜਿਸ ਦੀ ਭਾਵਨਾ ਪ੍ਰੇਮ ਵਾਲੀ ਹੋਵੇਗੀ, ਜਿਸ ਦੇ ਅੰਦਰ ਰੱਬੀ ਪ੍ਰੇਮ ਹੋਵੇਗਾ, ਉਹ ਹੀ ਪ੍ਰਵਾਨ ਹੋਵੇਗਾ। ਪਿਛਲੀ ਵਾਰੀ ਅਸੀਂ ਵਿਚਾਰ ਇਹ ਕਰ ਰਹੇ ਸੀ ਕਿ ਸਾਡਾ ਜਿਹਨੂੰ ਅਸੀਂ ਪਿਆਰ ਕਹਿੰਦੇ ਹਾਂ, ਅਸਲ ਵਿੱਚ ਉਹ ਕਬਜ਼ਾ ਹੈ। ਆਪਣੇ ਬੱਚਿਆਂ ਨੂੰ ਵੀ ਕਹਿੰਦੇ ਹਾਂ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਪਰ ਬੱਚੇ ਸਾਡੀ ਮਰਜ਼ੀ ਅਨੁਸਾਰ ਹੱਸਣ, ਸਾਡੀ ਮਰਜ਼ੀ ਅਨੁਸਾਰ ਰੋਣ, ਸਾਡੀ ਮਰਜ਼ੀ ਅਨੁਸਾਰ ਖਾਣ ਪੀਣ, ਅਸੀਂ ਇਸ ਨੂੰ ਪਿਆਰ ਕਹਿੰਦੇ ਹਾਂ। ਅਤੇ ਜਦੋਂ ਸਾਡੇ ਬੱਚੇ ਸਾਡੇ ਕਹਿਣੇ ਵਿੱਚ ਨਹੀਂ ਹੁੰਦੇ ਜਾਂ ਸਾਡੇ ਕਬਜ਼ੇ ਵਿੱਚ ਨਹੀਂ ਹੁੰਦੇ, ਅਸੀਂ ਕਹਿੰਦੇ ਹਾਂ ਸਾਡੇ ਬੱਚਿਆਂ ਨੂੰ ਸਾਡੇ ਨਾਲ ਪਿਆਰ ਨਹੀਂ ਹੈ। ਸਾਡੀ ਸੁਰਤ ਦੇ ਅੰਦਰ ਪਿਆਰ ਉਹ ਹੀ ਹੈ ਜਿਸ ਪਿਆਰ ਦੇ ਵਿੱਚ ਕੋਈ ਸਾਡੇ ਕਹਿਣੇ ਵਿੱਚ ਹੈ, ਸਾਡੇ ਕਬਜ਼ੇ ਵਿੱਚ ਹੈ। ਐਸਾ ਹੀ ਪਿਆਰ ਅਸੀਂ ਗੁਰੂ ਅਤੇ ਪਰਮੇਸ਼ਰ ਨਾਲ ਵੀ ਕਰਦੇ ਹਾਂ। ਅਸੀਂ ਕਹਿੰਦੇ ਹਾਂ ਸਤਿਗੁਰੂ ਨੂੰ ਆਣ ਕੇ, ਮਹਾਰਾਜ ਸਾਡਾ ਆਹ ਵੀ ਕੰਮ ਕਰ ਦਿਓ, ਆਹ ਵੀ ਕਰ ਦਿਓ, ਸਾਡੀ ਆਹ ਵੀ ਅਰਦਾਸ ਪ੍ਰਵਾਨ ਕਰ ਦਿਓ। ਕੰਮ ਤਾਂ ਸਾਰੇ ਹੈ ਨੇ, ਅਰਦਾਸਾਂ ਤਾਂ ਹੈ ਨੇ, ਪਿਆਰ ਕਿੱਥੇ ਹੈ? ਮੈਂ ਕਿਹਾ ਵੀ ਇਸ ਤਰ੍ਹਾਂ ਕਹਿੰਦਾ ਹੁੰਦਾ, ਅਸੀਂ ਸਤਿਗੁਰੂ ਜੀ ਦੇ ਪਾਸ ਇਸ ਤਰ੍ਹਾਂ ਆਉਂਦੇ ਹਾਂ ਕਿ ਜਿਵੇਂ ਸਤਿਗੁਰੂ ਜੀ ਸਾਨੂੰ ਉਡੀਕਦੇ ਹੋਣ ਵੀ ਮੇਰਾ ਸਿੱਖ ਆਇਆ ਅਤੇ ਮੈਨੂੰ ਮਿਲਣ ਵਾਸਤੇ ਆਇਆ, ਇਹ ਮੇਰੇ ਨਾਲ ਰੱਬੀ ਪਿਆਰ ਦੀਆਂ ਗੱਲਾਂ ਕਰਨ ਵਾਸਤੇ, ਹਰਕੀਆਂ ਕਥਾ ਕਹਾਣੀਆਂ ਸਰਵਣ ਕਰਨ ਵਾਸਤੇ ਆਇਆ, ਅਤੇ ਸਤਿਗੁਰੂ ਬੜੇ ਖੁਸ਼ ਹੁੰਦੇ ਨੇ। ਅਤੇ ਗੁਰੂ ਕਹਿੰਦੇ ਆ ਭਾਈ ਸਿੱਖਾ ਮੈਨੂੰ ਮਿਲਣ ਆਇਆ, ਅਸੀਂ ਕਹਿੰਦੇ ਨਹੀਂ ਮਹਾਰਾਜ, ਅਸੀਂ ਕੰਮ ਬਥੇਰੇ ਨੇ ਉਹ ਪੂਰੇ ਕਰ ਦਿਓ ਫਿਰ ਮਿਲਾਂਗਾ। ਉਚਾਰਨ ਕਰਿਓ ਸਤਨਾਮ, ਅਜੇ ਮਹਾਰਾਜ ਮੇਰੀ ਪੜ੍ਹਾਈ 'ਚ ਮੈਨੂੰ ਸਫਲਤਾ ਦੇ ਦਿਓ, ਫਿਰ ਮੈਨੂੰ ਨੌਕਰੀ ਦੇ ਦਿਓ, ਫਿਰ ਵਿਆਹ ਕਰ ਦਿਓ, ਫਿਰ ਬੱਚੇ ਕਰ ਦਿਓ, ਫਿਰ ਦੌਲਤ ਦੇ ਦਿਓ। ਜਿੰਨੀਆਂ ਪ੍ਰੋਬਲਮਸ ਨੇ ਅਸੀਂ ਲਿਆ ਕੇ ਹਰ ਰੋਜ਼ ਹਰ ਵਾਰੀ ਜਿੰਨੀ ਵਾਰੀ ਗੁਰੂ ਕੋਲ ਆਉਂਦੇ ਹਾਂ ਰੱਖ ਦਿੰਦੇ ਹਾਂ। ਹਾਂ, ਗੁਰੂ ਤੋਂ ਬਿਨਾਂ ਸਾਡਾ ਟਿਕਾਣਾ ਵੀ ਕੋਈ ਨਹੀਂ, ਪਰ ਇਹਦੇ ਵਿੱਚੋਂ ਪਿਆਰ ਕਿੱਥੇ ਰਹਿ ਗਿਆ? ਪਿਆਰ ਤਾਂ ਹੈ ਹੀ ਨਹੀਂ। ਮਰ ਕਹਿੰਦੇ ਜਦੋਂ ਗੁਰੂ ਕੋਲ ਆਣ ਕੇ ਆਪਣਾ ਆਪ ਸਮਰਪਣ ਹੀ ਨਹੀਂ ਕੀਤਾ, ਇੱਥੇ ਤਾਂ ਸਿੱਖ ਅਤੇ ਗੁਰੂ ਦਾ ਰਿਸ਼ਤਾ, ਗੁਰਦੇਵ ਕਹਿੰਦੇ ਨੇ ਗੁਰੂ ਕੋਲੋਂ ਸਿੱਖਣਾ ਸੀ, ਗੁਰੂ ਕੋਲੋਂ ਗਿਆਨ ਲੈਣਾ ਸੀ ਕਿ ਮੈਨੂੰ ਵਾਹਿਗੁਰੂ ਇੱਕ ਪਲ ਵੀ ਨਾ ਵਿਸਰੇ। ਜਪਜੀ ਸਾਹਿਬ ਦਾ ਇਹੋ ਹਿਸਾਰ ਹੈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਡਾ ਪਿਆਰ ਪਿਆਰ ਨਾ ਰਹਿ ਕੇ ਵਪਾਰ ਬਣ ਗਿਆ। ਬੜਾ ਸੋਹਣਾ ਇੱਕ ਉਰਦੂ ਦੇ ਅਦੀਬ ਦਾ ਮੈਨੂੰ ਇੱਕ ਸ਼ੇਰ ਚੇਤੇ ਆਇਆ, ਉਹ ਕਹਿੰਦਾ ਹਮਨੇ ਕਬ ਕਹਾ ਥਾ ਇਬਾਦਤ ਨਾ ਕੀਜੀਏ। ਇਬਾਦਤ ਕਹਿੰਦੇ ਨੇ ਅਰਦਾਸ ਨੂੰ, ਬੰਦਗੀ ਨੂੰ। ਹਮਨੇ ਕਬ ਕਹਾ ਥਾ ਇਬਾਦਤ ਨਾ ਕੀਜੀਏ,
ਹਮਨੇ ਤੋ ਕਹਾ ਥਾ ਤਿਜਾਰਤ ਨਾ ਕੀਜੀਏ। ਕਹਿੰਦੇ ਬੰਦਗੀ ਕਰਨ ਵੱਲੋਂ ਨਹੀਂ ਸੀ ਰੋਕਿਆ, ਤੈਨੂੰ ਗੁਰੂ ਦੇ ਨਾਲ ਜਿਹੜਾ ਝੂਠ ਦਾ ਵਪਾਰ ਤੂੰ ਕਰਨਾ ਚਾਹੁੰਦਾ, ਜਿਹਨੂੰ ਗੁਰੂ ਕਹਿੰਦੇ ਨੇ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਉਹ ਤਾਂ ਮੰਗਿਆ ਹੀ ਨਹੀਂ। ਜਿੰਨਾ ਚਿਰ ਸੰਸਾਰ ਦਾ ਮੋਹ ਟੁੱਟੇਗਾ ਨਹੀਂ, ਉਨਾ ਚਿਰ ਰੱਬੀ ਪ੍ਰੇਮ ਪੈਦਾ ਨਹੀਂ ਹੋਣਾ, ਔਰ ਰੱਬੀ ਪ੍ਰੇਮ ਪੈਦਾ ਕਰਨ ਵਾਸਤੇ ਬਾਣੀ ਪੜ੍ਹਨੀ ਸੀ, ਜਿਹੜੀ ਅਸੀਂ ਪੜ੍ਹ ਨਹੀਂ ਰਹੇ, ਜਿਹੜੀ ਅਸੀਂ ਸੁਣ ਨਹੀਂ ਰਹੇ। ਇਹੋ ਹੀ ਜ਼ਿੰਦਗੀ ਦਾ ਆਧਾਰ ਸੀ। ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਮੈਂ ਗੁਰੂ ਅਮਰਦਾਸ ਮਹਾਰਾਜ ਦਾ ਆਨੰਦ ਸਾਹਿਬ 'ਚੋਂ ਬਚਨ ਇੱਕ ਦਿਨ ਸਾਂਝਾ ਕੀਤਾ ਸੀ। ਗੁਰੂ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇੱਥੇ ਆਣ ਕੇ ਕਈ ਵਾਰੀ ਅਸੀਂ ਫੋਨ 'ਤੇ ਵੀ ਲੱਗ ਪੈਂਦੇ ਹਾਂ, ਬਾਹਰ ਦੁਨਿਆਵੀ ਗੱਲਾਂ ਜ਼ਿਆਦਾ, ਪਰ ਜਿੰਨਾ ਚਿਰ ਅਸੀਂ ਗੁਰੂ ਦੇ ਕੋਲ ਬੈਠੇ ਹਾਂ, ਮਹਾਰਾਜ ਕਹਿਣ ਲੱਗੇ ਇੱਥੇ ਤੂੰ ਸੱਚੀ ਬਾਣੀ ਨੂੰ ਗਾਇਨ ਕਰੇ ਜਾਂ ਸੁਣੇ। ਸੱਚ ਦੇ ਨਾਲ ਜੁੜਨ ਦਾ ਉਪਰਾਲਾ ਗੁਰੂ ਕੀ ਹਜ਼ੂਰੀ ਵਿੱਚ ਹੋਵੇ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ। ਜਿਨ੍ਹਾਂ 'ਤੇ ਨਦਰ ਹੋਵੇ, ਹੁਣ ਕਦੋਂ ਨਦਰ ਹੋਵੇਗੀ ਇਹਦਾ ਕੋਈ ਪਤਾ ਨਹੀਂ ਹੈ, ਕਿਉਂਕਿ ਹਰ ਇੱਕ ਦੇ ਕਰਮੀ ਆਪੋ ਆਪਣੀ ਹੈ। ਕਿਸੇ ਵਾਸਤੇ ਪਰਮੇਸ਼ੁਰ ਸੱਤਵੇਂ ਆਕਾਸ਼ 'ਤੇ ਹੈ, ਕਿਸੇ ਵਾਸਤੇ ਸਵਰਗ ਵਿੱਚ ਬੈਠਾ ਹੋਇਆ, ਅਤੇ ਜਿਹੜਾ ਪ੍ਰਭੂ ਜੀ ਨੂੰ ਪਾ ਲੈਂਦਾ ਉਹ ਕਹਿੰਦਾ ਵੱਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੈ। ਗੁਰਮਤਿ ਨੇ ਫੈਸਲਾ ਦਿੱਤਾ, ਮਹਾਰਾਜ ਕਹਿਣ ਲੱਗੇ ਨੇੜੇ ਨਾ ਹੀ ਦੂਰ, ਨਾ ਉਹ ਨੇੜੇ ਹੈ ਅਤੇ ਨਾ ਉਹ ਦੂਰ ਹੈ। ਨੇੜੇ ਤਾਂ ਹੋਵੇ ਜੇ ਕਿਧਰੇ ਦੂਰ ਸੀ, ਅਤੇ ਦੂਰ ਤਾਂ ਹੋਵੇ ਜੇ ਕਿਧਰੇ ਨੇੜੇ ਨਹੀਂ ਹੈ, ਤਾਂ ਸਾਰਾ ਕੁਝ ਵਾਹਿਗੁਰੂ ਦਾ ਰੂਪ ਹੈ। ਜਦੋਂ ਅਗਿਆਨਤਾ ਦਾ ਭਰਮ ਟੁੱਟਦਾ ਹੈ ਨਾ, ਉਦੋਂ ਇਹ ਗੱਲ ਗੁਰਮੁਖ ਨੂੰ ਸਮਝ ਆਉਂਦੀ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾਂ ਕੋ ਬੋਲੈ ਰੇ। ਗੁਰੂ ਸਾਹਿਬ ਜੀ ਕਹਿਣ ਲੱਗੇ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਮਹਾਰਾਜ ਕਹਿੰਦੇ ਕਿ ਸਦਾ ਹੀ ਰੋਜ਼ ਹਰ ਵੇਲੇ ਸਿਫਤੋ ਸਲਾਹ ਦੀ ਬਾਣੀ ਤੂੰ ਗਾਉਂਦਾ ਹੀ ਰਹਿ। ਗੁਰਦੇਵ ਕਹਿੰਦੇ ਗਾਉਂਦਿਆਂ ਗਾਉਂਦਿਆਂ ਤੇਰੇ ਅੰਦਰ ਰੱਬੀ ਪਿਆਰ ਪੈਦਾ ਹੋ ਜਾਏਗਾ, ਔਰ ਜਿਸ ਦੇ ਅੰਦਰ ਰੱਬੀ ਪਿਆਰ ਪੈਦਾ ਹੋਇਆ, ਗੁਰਬਾਣੀ ਵਿੱਚ ਉਹਨਾਂ ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਨਹੀਂ ਤਾਂ ਕਵੀ ਹੋਰ ਵੀ ਬਥੇਰੇ ਸਨ। ਦੁਨਿਆਵੀ ਤੌਰ 'ਤੇ ਛੱਜੂ, ਕਾਨਾ, ਭੀਲੂ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਨੇ, ਕਵਿਤਾ ਸੋਹਣੀ ਲਿਖਦੇ ਸਨ, ਐਸੀ ਗੱਲ ਨਹੀਂ, ਪਰ ਉਹਨਾਂ ਦੀ ਕਵਿਤਾ ਵਿੱਚ ਕਿਧਰੇ ਹਉਮੈ ਸੀ, ਕਿਧਰੇ ਮਨਮਤ ਸੀ, ਕਿਧਰੇ ਅਗਿਆਨਤਾ ਸੀ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬਾਣੀ ਜਿਨ੍ਹਾਂ ਦੀ ਇਕੱਤਰ ਕਰਕੇ ਬਖਸ਼ਿਸ਼ ਕੀਤੀ, ਉਹਨਾਂ ਨੇ ਗਾਇਆ ਵੀ ਅਤੇ ਪਾਇਆ ਵੀ ਹੈ। ਉਚਾਰਨ ਕਰਿਓ ਸਤਨਾਮ, ਗਾ ਕੇ ਪਾਉਣ ਵਾਲਿਆਂ ਦਾ ਅਨੁਭਵ ਹੈ। ਗੁਰੂ ਜੀ ਕਹਿੰਦੇ ਨੇ ਭਾਖਿਆ ਭਾਉ ਅਪਾਰ, ਵਾਹਿਗੁਰੂ ਦੀ ਬੋਲੀ ਪਿਆਰ ਦੀ ਹੈ। ਇਸ ਕਰਕੇ ਜਦੋਂ ਵੀ ਬਾਣੀ ਨੂੰ ਪੜ੍ਹਨਾ ਹੈ ਜਾਂ ਸੁਣਨਾ ਹੈ, ਉਹਦੇ ਵਿੱਚ ਰੱਬੀ ਪਿਆਰ ਦਾ ਹੋਣਾ ਜ਼ਰੂਰੀ ਹੈ, ਵਰਨਾ ਪਿਆਰ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ ਅਤੇ ਪਿਆਰ ਤੋਂ ਬਿਨਾਂ ਆਨੰਦ ਵੀ ਨਹੀਂ ਹੈ। ਗੁਰਮਤਿ ਨੇ, ਜਿਸ ਨੂੰ ਸੰਸਾਰ ਨੇ ਦੋ ਹਿੱਸਿਆਂ ਵਿੱਚ ਵੰਡਿਆ, ਸੂਫੀ ਸੰਸਾਰ ਦੇ ਅੰਦਰ ਇੱਕ ਇਸ਼ਕ ਹਕੀਕੀ ਹੈ, ਇੱਕ ਇਸ਼ਕ ਮਜਾਜੀ ਹੈ। ਇਸ਼ਕ ਮਜਾਜੀ ਜਿਹੜਾ ਦੁਨੀਆਂ ਦੇ ਵਿੱਚ ਹੁੰਦਾ, ਧੀ ਪੁੱਤਰ ਨਾ ਹੋ ਜਾਏ, ਪਤੀ ਪਤਨੀ ਨਾ ਹੋ ਜਾਏ, ਜਾਂ ਕੋਈ ਵੀ ਰਿਸ਼ਤੇ ਵਿੱਚ, ਗੁਰਮਤਿ ਇਹ ਗੱਲ ਕਹਿੰਦੀ ਹੈ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈ ਹੈ। ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਸਿੱਖ ਹੈ, ਉਹਦੀ ਆਸ਼ਕੀ ਸੱਚੇ ਵਾਹਿਗੁਰੂ ਦੇ ਨਾਲ ਹੈ। ਗੁਰਮੁਖ ਸੱਚੀ ਆਸ਼ਕੀ ਜਿਹੜੀ ਸਦਾ ਰਹਿਣ ਵਾਲੀ ਹੈ, ਜਿਤ ਪ੍ਰੀਤਮ ਸੱਚਾ ਪਾਈ ਹੈ, ਜਿਹਦੇ ਨਾਲ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਰਾਤੀ ਅਤੇ ਡੇ ਨਾਨਕ ਪ੍ਰੇਮ ਸਮਾਈ ਹੈ, ਲਹਿੰਦੀ ਬੋਲੀ ਹੈ ਡੇ ਦਾ ਭਾਵ ਦਿਨ। ਪਾਤਸ਼ਾਹ ਕਹਿੰਦੇ ਰਾਤ ਦਿਨ ਉਹ ਰੱਬੀ ਪ੍ਰੇਮ ਦੇ ਵਿੱਚ ਇਸ ਤਰ੍ਹਾਂ ਓਤ ਪੋਤ ਰਹਿੰਦੇ ਨੇ ਵੀ ਉਹਨਾਂ ਨੂੰ ਪ੍ਰੇਮ ਦੇ ਵਿੱਚੋਂ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਨੂੰ ਹੁਣ ਇਹ ਕਿਵੇਂ ਹੋਏ ਵੀ ਰਾਤੀ ਅਤੇ ਡੇ ਪ੍ਰੇਮ ਸਮਾਈਏ, ਕਿਵੇਂ ਰੱਬੀ ਪ੍ਰੇਮ ਦਿਨ ਰਾਤੀ ਹੋ ਸਕਦਾ, ਕਿਵੇਂ ਕੋਈ ਹਰ ਵੇਲੇ ਵਾਹਿਗੁਰੂ ਨੂੰ ਚੇਤੇ ਕਰ ਸਕਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਇੱਕ ਜਗ੍ਹਾ ਕਥਨ ਕੀਤਾ, ਕਹਿਣ ਲੱਗੇ ਜਿਵੇਂ ਮਨਮੁਖ ਸਾਰਾ ਦਿਨ ਅਤੇ ਸੁੱਤਿਆਂ ਪਿਆਂ ਵੀ ਮਾਇਆ ਦਾ ਹੀ ਚਿੰਤਨ ਕਰਦਾ ਰਹਿੰਦਾ, ਮਾਇਆ ਦੇ ਕਿਸੇ ਨਾ ਕਿਸੇ ਰੂਪ ਦਾ ਚਿੰਤਨ ਸਾਡੇ ਅੰਦਰ ਚੱਲਦਾ ਹੀ ਰਹਿੰਦਾ। ਜਿਵੇਂ ਸਾਡੇ ਅੰਦਰ ਮਾਇਆ ਦਾ ਚਿੰਤਨ ਹਰ ਵੇਲੇ ਚੱਲਦਾ ਰਹਿੰਦਾ, ਇਵੇਂ ਜਿਨ੍ਹਾਂ ਉੱਪਰ ਸਤਿਗੁਰੂ ਦੀ ਕਿਰਪਾ ਹੋ ਗਈ, ਸ਼ਬਦ ਦੀ ਕਮਾਈ ਕਰ ਲਈ, ਉਹਨਾਂ ਦੇ ਅੰਦਰ ਫਿਰ ਵਾਹਿਗੁਰੂ ਦਾ ਪ੍ਰੇਮ ਚੱਲਦਾ ਰਹਿੰਦਾ।
ਉਹ ਫਿਰ ਵਾਹਿਗੁਰੂ ਜੀ ਦੇ ਨਾਲ ਗੱਲਾਂ ਕਰਦੇ ਨੇ, ਹਰ ਨਾਵੇਂ ਨਾਲ ਗੱਲਾਂ, ਹਰ ਨਾਵੇਂ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਸੋ ਗੁਰੂ ਕਹਿੰਦੇ ਬੋਲੀ ਪ੍ਰੇਮ ਦੀ ਹੈ, ਜੇ ਵਾਹਿਗੁਰੂ ਦੇ ਨਾਲ ਕਮਿਊਨੀਕੇਟ ਕਰਨਾ ਤਾਂ ਤੇਰੇ ਅੰਦਰ ਪਿਆਰ ਹੋਣਾ ਚਾਹੀਦਾ, ਨਹੀਂ ਤਾਂ ਪਿਆਰ ਤੋਂ ਬਿਨਾਂ ਤੇਰੇ ਅੰਦਰ ਉਹ ਰੱਬੀ ਪ੍ਰੇਮ ਅਤੇ ਨਾ ਰੱਬ ਜੀ ਦੀ ਪ੍ਰਾਪਤੀ ਹੈ। ਆਖੈਂ ਮੰਗੈਂ ਦੇ ਦਾਤ ਕਰੇ ਦਾਤਾਰ, ਆਖਦੇ ਹਾਂ ਮੰਗਦੇ ਹਾਂ, ਸਾਰਾ ਹੀ ਸੰਸਾਰ ਮੰਗਦਾ। ਆਖੈਂ ਆਉਂਦੇ ਹਾਂ ਗੁਰਦੁਆਰੇ, ਮੰਦਰ, ਮਸਜਿਦ, ਜਿੰਨੇ ਵੀ ਧਾਰਮਿਕ ਸਥਾਨ ਨੇ, ਬੜੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ। ਮੈਂ ਹੈਰਾਨ ਹੋ ਗਿਆ ਕਿੰਨਾ ਕੁ ਰੱਬ ਦੇ ਨਾਂ 'ਤੇ ਵਪਾਰ ਬਣ ਗਿਆ। ਸਾਊਥ ਦੇ ਵਿੱਚ ਇੱਕ ਮੰਦਰ ਹੈ ਜਿੱਥੇ ਕੋਈ ਮੰਨਤ ਪੂਰੀ ਹੋ ਜਾਏ ਤਾਂ ਉਹ ਆਪਣੇ ਕੇਸਾਂ ਦਾ ਪੂਰਾ ਮੁੰਡਨ ਕਰਵਾ ਦਿੰਦੇ ਆ, ਉੱਥੇ ਪੂਰੇ ਕੇਸ ਲਵਾ ਦਿੰਦੇ ਆ। ਖਾਸ ਤੌਰ 'ਤੇ ਮਰਦ ਅਤੇ ਔਰਤਾਂ ਲੰਮੇ ਵਾਲ, ਉਹ ਸਾਰੇ ਵਾਲ ਉੱਤੋਂ ਇਕੱਠੇ ਹੋ ਕੇ ਯੂਰਪ ਦੇ ਵਿੱਚ ਵਿਕਦੇ ਨੇ। ਮੰਦਰ ਵਿੱਚ ਇੱਕ ਵਾਰੀ ਹੋਇਆ ਹੋਇਆ ਨਾਰੀਅਲ ਪਤਾ ਨਹੀਂ ਕਿੰਨੀ ਵਾਰੀ ਅੰਦਰ ਖਾ ਅਤੇ ਬਾਹਰ ਜਾ ਕੇ ਫਿਰ ਵਿਕਦਾ ਆ। ਮੈਨੂੰ ਇਹ ਵੀ ਖਿਮਾ ਕਰ ਦੇਣਾ, ਸਾਡੇ ਗੁਰਦੁਆਰੇ ਚੜਿਆ ਹੋਇਆ ਰਾਸ਼ਨ ਪਤਾ ਨਹੀਂ ਕਿੰਨੀ ਕੁ ਵਾਰੀ ਦੁਕਾਨ 'ਤੇ ਫਿਰ ਮੁੜ ਕੇ ਉੱਥੇ ਹੀ ਆਈ ਜਾ ਰਿਹਾ ਆ। ਗੁਰੂ ਸਾਹਿਬ ਜੀ ਦੇ ਰੁਮਾਲੇ ਅਸੀਂ ਪ੍ਰੇਮ ਭੇਟਾ ਕੀਤੇ, ਪਤਾ ਨਹੀਂ ਕਿੰਨੇ ਕੁ ਰੁਮਾਲਿਆਂ ਦੀਆਂ ਅਲਮਾਰੀਆਂ ਭਰੀਆਂ ਅਤੇ ਉਹ ਰੁਮਾਲਾ ਫਿਰ ਦੇਈ ਲਈ ਜਾ ਰਹੇ। ਇਹ ਦੇਖਣਾ ਪਏਗਾ ਸਾਨੂੰ, ਅੱਜ ਗੁਰਦੁਆਰਿਆਂ 'ਚ ਲਿਖਣਾ ਪਏਗਾ ਕਿ ਗੁਰਦੁਆਰਾ ਸਾਹਿਬ ਇਸ ਚੀਜ਼ ਦੀ ਲੋੜ ਹੈ। ਛੋਟੀ ਜਿਹੀ ਗੱਲ ਸਾਂਝੀ ਕਰਨ ਲੱਗਾ ਹਾਂ, ਜ਼ਰੂਰਤ ਸਾਨੂੰ ਕਿਸੇ ਚੀਜ਼ ਦੀ ਹੋਵੇ ਤਾਂ ਰੱਬ ਕੁਝ ਹੋਰ ਦੇ ਅਸੀਂ ਖੁਸ਼ ਥੋੜ੍ਹੀ ਹੋਵਾਂਗੇ। ਇੱਕ ਪਿੰਡ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਇੰਡੀਆ 'ਤੇ, ਉੱਥੇ ਅਲਾਣੀਆਂ ਦਾ ਪਾਠ ਜਦੋਂ ਸ਼ੁਰੂ ਕੀਤਾ ਤਾਂ ਪਿੰਡ ਵਿੱਚ ਲਾਈਟ ਚਲੇ ਜਾਂਦੀ ਹੈ, ਬਿਜਲੀ ਚਲੇ ਜਾਂਦੀ ਹੈ। ਬੜੀ ਮੁਸ਼ਕਲ ਮੋਬਾਈਲ ਦੀ ਲਾਈਟ ਨਾਲ ਜਾਂ ਮੋਮਬੱਤੀਆਂ ਨਾਲ ਉਹ ਪਾਠ ਪੂਰਾ ਅਰਦਾਸ ਹੁਕਮਨਾਮਾ ਹੋਇਆ। ਪਰਿਵਾਰ ਖਾਸ ਸੀ, ਉਹ ਕਹਿੰਦੇ ਜੀ ਅਸੀਂ ਭੋਗ ਦੇ ਉੱਪਰ ਬਿਸਤਰਾ, ਰਜਾਈ, ਤਲਾਈ, ਸਰਾਣਾ, ਕੌਲੀ, ਗਲਾਸ ਅਤੇ ਕੱਪੜੇ ਦੇਣੇ ਆ। ਉਹਨਾਂ ਨੂੰ ਮਨਾਇਆ ਵੀ ਇਹ ਕੱਪੜੇ ਜਿਹੜੇ ਨੇ ਜੋ ਕੁਝ ਹੈ ਵਿਛੜੇ ਪ੍ਰਾਣੀ ਨੂੰ ਨਹੀਂ ਜਾਂਦਾ, ਇਹ ਤਾਂ ਗੁਰੂ ਘਰ ਵਾਸਤੇ ਹੈ। ਅਤੇ ਗੁਰੂ ਘਰ ਅੱਗੇ ਬਿਸਤਰੇ ਬੜੇ ਨੇ, ਉੱਥੇ ਭਰੀ ਪਈ ਹੈ, ਪੂਰੀ ਅਲਮਾਰੀ ਭਰੀ ਪਈ ਹੈ, ਅਤੇ ਜੇ ਦੇਣਾ ਹੈ ਤਾਂ ਵਧੀਆ ਇੱਕ ਐਮਰਜੈਂਸੀ ਲਾਈਟ ਲੈ ਕੇ ਦੇ ਦਿਓ। ਉਹ ਪਿੰਡ ਦੇ ਵਿੱਚ ਸੀ, ਪਹਿਲੀ ਵਾਰੀ ਐਸਾ ਹੋਇਆ, ਲੋਕ ਆਉਣ ਜਦੋਂ ਮੱਥਾ ਟੇਕਣ ਅੱਗੇ ਐਮਰਜੈਂਸੀ ਲਾਈਟ ਪਈ ਹੋਈ ਸੀ ਵੀ ਗੁਰਦੁਆਰਾ ਸਾਹਿਬ ਨੂੰ ਸੇਵਾ ਕਰਾਈ। ਬੜੇ ਉਹਨਾਂ ਦੇ ਰਿਸ਼ਤੇਦਾਰ ਵੀ ਔਖੇ ਹੋਏ, ਅਤੇ ਕਈਆਂ ਨੇ ਕਿਹਾ ਵੀ ਇਹ ਤਾਂ ਪੈਸਾ ਨਹੀਂ ਖਰਚਣਾ ਚਾਹੁੰਦੇ, ਅਤੇ ਪਰਿਵਾਰ ਵਾਲਿਆਂ ਕਿਹਾ ਵੀ ਆ ਗਿਆਨੀ ਜੀ ਨਾਲ ਗੱਲ ਕਰ ਲਓ, ਜੋ ਸਾਨੂੰ ਚਾਹੀਦਾ ਹੈ ਅਸੀਂ ਉਹ ਪਾ ਕੇ ਖੁਸ਼ ਹੁੰਦੇ ਹਾਂ। ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬਾਨ ਵਿੱਚ ਕਿਹੜੀ ਚੀਜ਼ ਦੀ ਲੋੜ ਹੈ, ਕਿਧਰੇ ਦਰੀਆਂ ਦੀ ਲੋੜ ਹੈ, ਕਿਧਰੇ ਲੰਗਰ ਦੇ ਬਰਤਨਾਂ ਦੀ ਲੋੜ ਹੈ, ਕਿਧਰੇ ਤੁਸੀਂ ਦੇਖੋ ਸਾਡੇ ਜਿਹੜਾ ਟੋਇਲਟਸ ਨੇ, ਬਾਥਰੂਮ ਬਣੇ ਹੋਏ ਨੇ, ਉੱਥੇ ਸਾਬਣ ਹੀ ਨਹੀਂ ਹੁੰਦਾ, ਉੱਥੇ ਵੀ ਸੇਵਾ ਦੀ ਲੋੜ। ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ, ਪ੍ਰਬੰਧਕ ਵੀਰਾਂ ਨੂੰ ਚਾਹੀਦਾ ਕਿ ਉਹ ਨੋਟਿਸ ਬੋਰਡ 'ਤੇ ਲਿਖ ਕੇ ਲਾ ਦੇਣ, ਸੰਗਤ ਹੁਣ ਰੁਮਾਲਿਆਂ ਦੀ ਲੋੜ ਨਹੀਂ, ਹੁਣ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਸਾਡੇ ਕੋਲ ਦਾਲ ਬਹੁਤ ਆ ਗਈ, ਸਬਜ਼ੀ ਬਹੁਤ ਆ ਗਈ, ਤੁਸੀਂ ਇਹ ਚੀਜ਼ਾਂ ਲੈ ਕੇ ਆਓ ਜਿਹਨੇ ਭੇਟਾ ਗੁਰੂ ਅੱਗੇ ਲਿਆਉਣੀ ਹੈ। ਕਿਉਂਕਿ ਜੋ ਕੁਛ ਗੁਰੂ ਕੋਲੋਂ ਮੰਗਦੇ ਹਾਂ ਤਾਂ ਫਿਰ ਦੂਸਰੀ ਗੱਲ ਹੋ ਗਈ, ਗੁਰੂ ਕਹਿੰਦੇ ਆਖੈਂ ਮੰਗੈਂ ਦੇ ਸਾਨੂੰ ਦੇ, ਸਾਰਾ ਹੀ ਸੰਸਾਰ ਮੰਗਦਾ, ਸਭ ਤੁਧ ਹੀ ਪਾਸੋਂ ਮੰਗਦੇ ਨਿਤ ਕਰ ਅਰਦਾਸ। ਸਾਰਿਆਂ ਦੀ ਅਰਦਾਸ ਹੈ ਪਰ ਮਾਲਕ ਦੇ ਹੱਥ ਵਿੱਚ ਹੈ, ਕਿਸ ਦੀ ਪੂਰੀ ਕਰਨੀ ਹੈ, ਕਿਸ ਦੀ ਨਹੀਂ ਕਰਨੀ ਹੈ, ਉਹਦੇ ਹੱਥ ਵਿੱਚ ਹੈ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈਂ, ਜਿਉਂ ਭਾਵੈ ਤਿਵੇਂ ਬਖਸ਼। ਗੁਰੂ ਕਹਿੰਦੇ ਮੰਗਦੇ ਨੇ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਝ ਵਿਡਾਣਾ। ਹੁਣ ਗੱਲ ਇੱਥੇ ਆ ਗਈ, ਕਹਿਣ ਲੱਗੇ ਆਖੈਂ ਮੰਗੈਂ ਦੇ ਦਾਤ ਕਰੇ ਦਾਤਾਰ। ਹੇ ਦਾਤਾਂ ਦੇਣ ਵਾਲੇ ਦਾਤਾਰ, ਤੋਂ ਸਭਨਾ ਜੀਆਂ ਨੂੰ ਦਾਤਾਂ ਦਿੰਦਾ, ਸਾਰਿਆਂ ਨੂੰ। ਸ਼ਾਇਦ ਜੇ ਕਿਤੇ ਰਿਮਾਇੰਡ ਕਰਕੇ ਦੇਖੀਏ ਅਸੀਂ ਵੀ ਅੱਜ ਜੋ ਕੁਝ ਸਾਡੇ ਕੋਲ ਹੈ, ਘਰ ਬਾਰ ਹੈ, ਜੋ ਵੀ ਹੈ, ਅਸੀਂ ਕਦੇ ਵਾਹਿਗੁਰੂ ਜੀ ਦੇ ਪਾਸੋਂ ਮੰਗਿਆ ਸੀ ਇਹ ਸਾਰਾ ਕੁਝ? ਵੱਖਰੀ ਗੱਲ ਹੈ, ਜਿਵੇਂ ਬਾਣੀ ਕਹਿੰਦੀ ਹੈ ਕੇਤੇ ਲੈ ਲੈ ਮੁੱਕਰ ਪਾਹੇ, ਲਈ ਜਾ ਰਿਹਾ ਮੁੱਕਰੀ ਜਾ ਰਿਹਾ, ਦਸ ਵਸਤੂ ਲੈ ਪਾਛੈ ਪਾਵੈ, ਏਕ ਬਸ ਕਾਰਨ ਬੇਖੋਟ ਗਵਾਵੈ, ਏਕ ਪੀਨਾ ਦੇ ਦਸ ਪੀ ਹਿਰਲੇ, ਤਉ ਮੂੜਾ ਕਹੋ ਕਹਾਂ ਕਰੇ। ਗੁਰਮਤਿ ਦਾ ਇੱਕ ਰੱਬੀ ਅਸੂਲ ਬਣ ਗਿਆ ਵੀ ਜਿਹੜਾ ਗੁਰਮੁਖ ਹੈ ਨਾ, ਉਹ ਸੰਸਾਰ ਕੋਲੋਂ ਨਹੀਂ ਨਿਰੰਕਾਰ ਦੇ ਕੋਲੋਂ ਮੰਗਦਾ, ਉਹ ਵਾਹਿਗੁਰੂ ਕੋਲੋਂ ਮੰਗਦਾ। ਇਸ ਕਰਕੇ ਗੁਰਮਤਿ ਦੇ ਵਿੱਚ ਮੜੀ ਦੀ ਪੂਜਾ, ਮਸਾਣ ਦੀ ਪੂਜਾ, ਰੁੱਖ ਦੀ ਪੂਜਾ, ਮਨੁੱਖ ਦੀ ਪੂਜਾ ਮਨਾ ਹੋ ਗਈ।
ਗੁਰੂ ਜੀ ਨੇ ਕਹਿ ਦਿੱਤਾ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਹੁ ਏਕੈ ਭਗਵਾਨ। ਉਹਨੂੰ ਦਾਤਾ ਮੰਨ ਕੇ ਗੁਰਮੁਖ ਦਾ ਜੀਵਨ ਬਤੀਤ ਹੁੰਦਾ ਹੈ। ਮਹਾਰਾਜ ਦਾ ਇੱਕ ਬੜਾ ਪਿਆਰਾ ਸ਼ਬਦ ਹੈ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਤੇ ਆਈ ਹੈ, ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ, ਜਿਨ ਸੇਵਿਆ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈ ਹੈ। ਨਾਨਕ ਤਿੰਨ ਵਿੱਟੋਂ ਵਾਰਿਆ ਜਿਨ ਅਣ ਦਿਨ ਹਿਰਦੈ ਹਰ ਨਾਮ ਤੇ ਆਈ ਹੈ। ਉਚਾਰਨ ਕਰਿਓ ਸਤਨਾਮ। ਜਿਹੜੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ ਸਿਰਫ ਉਹਦੇ ਕੋਲੋਂ ਹੀ ਮੰਗਦੇ ਨੇ। ਪਾਤਸ਼ਾਹ ਕਹਿਣ ਲੱਗੇ ਦਾਤ ਕਰੇ ਦਾਤਾਰ। ਹੁਣ ਇੱਥੋਂ ਤੱਕ ਗੱਲ ਹੋ ਗਈ, ਦਾਤਾ ਲੈ ਕੇ ਅਸੀਂ ਘਰਾਂ ਨੂੰ ਮੁੜ ਗਏ, ਜਾਂ ਕਿਸੇ ਨੇ ਸੁਖਮਣੀ ਸਾਹਿਬ, ਕਿਸੇ ਨੇ ਅਖੰਡ ਪਾਠ, ਜਾਂ ਕਿਸੇ ਨੇ ਅਰਦਾਸ ਕਰਵਾ ਲਈ। ਪਾਤਸ਼ਾਹ ਕਹਿਣ ਲੱਗੇ ਨਹੀਂ, ਗੱਲ ਇੱਥੇ ਮੁੱਕੀ ਨਹੀਂ, ਗੱਲ ਤਾਂ ਹੋਣ ਸ਼ੁਰੂ ਹੋਈ ਹੈ ਕਿ ਤੂੰ ਦਾਤਾਂ ਲੈ ਲਈਆਂ, ਅਤੇ ਕਦੇ ਮਨ ਵਿੱਚ ਇਹ ਵਿਚਾਰ ਨਹੀਂ ਆਇਆ ਕਿ ਜਿਸ ਦਾਤੇ ਨੇ ਦਾਤਾਂ ਦਿੱਤੀਆਂ ਉਹਦੇ ਘਰ ਜਾ ਕੇ ਸ਼ੁਕਰਾਨਾ ਵੀ ਕਰਦੇ ਹਾਂ। ਫੇਰ ਕੇ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ, ਇਹ ਕੁਸਚਨ ਨੇ ਦੋ। ਮੂੰਹੋਂ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੈ ਪਿਆਰ। ਪਹਿਲਾ ਸਵਾਲ ਕਿ ਕੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਪਣ ਕਰੀਏ ਕਿ ਸਾਨੂੰ ਉਹਦਾ ਘਰ ਦਿਸ ਪਵੇ, ਦਰਬਾਰ ਦਿਸ ਪਵੇ। ਫਿਰ ਹੁਣ ਉਹਦੇ ਘਰ ਵੀ ਪਹੁੰਚ ਗਏ, ਸਤਿਗੁਰੂ ਜੀ ਕਹਿੰਦੇ ਜੇ ਤੁਹਾਨੂੰ ਉਹਦੇ ਨਾਲ ਗੱਲਬਾਤ ਹੀ ਨਹੀਂ ਕਿਸੇ ਨਾਲ ਕਰਨੀ ਆਈ, ਕੋਈ ਘਰ ਤੁਸੀਂ ਡੋਰ ਨੌਕ ਕੀਤਾ, ਉਹ ਦਰਵਾਜ਼ਾ ਖੁੱਲ੍ਹਿਆ ਅਤੇ ਅਸੀਂ ਢੰਗ ਨਾਲ ਗੱਲ ਹੀ ਨਹੀਂ ਕੀਤੀ, ਉਹਨਾਂ ਦਰਵਾਜ਼ਾ ਬੰਦ ਕਰ ਦੇਣਾ। ਉਹਨੇ ਕਹਿਣਾ ਵੀ ਅਸੀਂ ਗੱਲ ਹੀ ਨਹੀਂ ਕਰਨੀ ਤੁਹਾਡੇ ਨਾਲ। ਮਹਾਰਾਜ ਨੇ ਦੋ ਸਵਾਲ ਉਠਾਏ, ਇੱਕ ਤਾਂ ਇਹ ਹੈ ਕਿ ਕੀ ਭੇਟਾ ਕਰੇ ਵੀ ਵਾਹਿਗੁਰੂ ਦਾ ਦਰਬਾਰ ਤੈਨੂੰ ਮਿਲ ਜਾਵੇ, ਅਤੇ ਫਿਰ ਕੀ ਬੋਲੇ ਜਿਸ ਦੇ ਬੋਲਣ ਨਾਲ ਤੇਰਾ ਵਾਹਿਗੁਰੂ ਦੇ ਨਾਲ ਪਿਆਰ ਪੈ ਜਾਵੇ। ਸਾਹਿਬਾਂ ਨੇ ਫਿਰ ਜਵਾਬ ਦਿੱਤਾ, ਮੂੰਹੋਂ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਦੋ ਤਰ੍ਹਾਂ ਦਾ ਮੰਨਿਆ ਗਿਆ, ਇੱਕ ਸਵੇਰੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਸੂਰਜ ਚੜ੍ਹਨ ਤੱਕ ਦਾ ਸਮਾਂ, ਇਸ ਸਮੇਂ ਨੂੰ ਅੰਮ੍ਰਿਤ ਵੇਲਾ ਮੰਨਿਆ ਗਿਆ। ਦੂਸਰਾ ਉਹ ਅੰਮ੍ਰਿਤ ਵੇਲਾ ਹੈ ਜਿਸ ਘੜੀ ਸਾਡਾ ਚਿੱਤ ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦਾ, ਉਹ ਵੀ ਵੇਲਾ ਅੰਮ੍ਰਿਤ ਹੋ ਜਾਂਦਾ। ਗੁਰਮਤਿ ਦੇ ਅੰਦਰ ਸਵੇਰੇ ਉੱਠ ਕੇ ਵਾਹਿਗੁਰੂ ਦੀ ਸਿਫਤੋ ਸਲਾਹ ਦਾ ਹੁਕਮ ਬੜੀ ਜਗ੍ਹਾ 'ਤੇ ਆਇਆ, ਚਾਹ ਲਾਂਗੇ ਉੱਠ ਨਾਮ ਜਪ ਨਿਸ ਬਾਸੁਰ ਆਰਾਧ, ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਧ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਜੀ ਕਹਿੰਦੇ ਨੇ ਚਾਹ ਲਾਂਗੇ ਉੱਠ, ਨਾਮ ਜਪ, ਵਾਹਿਗੁਰੂ ਜੀ ਦੀ ਸਿਫਤੋ ਸਲਾਹ ਕਰ। ਫਿਰ ਅੱਗੋਂ ਆ ਗਿਆ ਮੰਜ਼ਿਲ ਇਹ ਨਹੀਂ ਵੀ ਤੂੰ ਸਵੇਰੇ ਜਪ ਲਿਆ ਅਤੇ ਮੁੜ ਕੇ ਸਾਰਾ ਦਿਨ ਮਾੜੇ ਕੰਮ ਕਰੀ ਜੇ, ਜੋ ਮਰਜ਼ੀ ਕਰੇ। ਨਹੀਂ, ਨਿਸ ਬਾਸੁਰ, ਨਿਸ ਦਾ ਅਰਥ ਹੈ ਰਾਤ, ਬਾਸੁਰ ਦਾ ਅਰਥ ਹੈ ਦਿਨ। ਰਾਤ ਦਿਨ ਆਰਾਧ ਨਿਤ ਜਪੀਐ ਸਾਸ ਗਿਰਾਸ ਨਾਉ ਪਰਵ ਦਿਗਾਰ ਦਾ, ਮੰਜ਼ਿਲ ਇਹ ਹੈ। ਅਤੇ ਗੁਰਮਤਿ ਨੇ ਇਹ ਗੱਲ ਕਹੀ, ਅੰਮ੍ਰਿਤ ਵੇਲਾ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੈ ਨਾ, ਚਿੜੀ ਚੌਕੀ ਪਉ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਪਹਿਲੀ ਗੱਲ ਤਾਂ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲਾ ਸਮਰਪਣ ਕਰਦੇ। ਹੁਣ ਕਈ ਸਾਡੇ 'ਚ ਉੱਠਦੇ ਵੀ ਅੰਮ੍ਰਿਤ ਵੇਲੇ, ਜਿਨ੍ਹਾਂ ਦੀਆਂ ਜੋਬਸ 6 ਵਜੇ ਸਟਾਰਟ ਹੁੰਦੀਆਂ ਜਾਂ 7 ਵਜੇ ਹੁੰਦੀਆਂ, ਅਸੀਂ ਉੱਠਦੇ ਹਾਂ, ਪਰ ਉੱਠ ਕੇ ਅਸੀਂ ਤਿਆਰ ਬਿਆਰ ਹੋ ਕੇ ਆਪਣੀ ਜੋਬਾਂ 'ਤੇ ਚਲੇ ਜਾਂਦੇ ਹਾਂ, ਉਹ ਅੰਮ੍ਰਿਤ ਵੇਲਾ ਨਹੀਂ ਬਣਦਾ। ਪਾਤਸ਼ਾਹ ਕਹਿਣ ਲੱਗੇ ਹੁਣ ਅੰਮ੍ਰਿਤ ਵੇਲੇ ਜਾਗ ਕੇ ਅਤੇ ਵਾਹਿਗੁਰੂ ਦੀ ਸਿਫਤੋ ਸਲਾਹ ਕਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਬਾ ਫਰੀਦ ਜੀ ਨੇ ਇਹ ਗੱਲ ਕਹਿ ਦਿੱਤੀ, ਕਹਿਣ ਲੱਗਾ ਜਿੰਨਾ ਨੈਣ ਨਿੰਦਰਾਵਲੇ ਤਿੰਨਾ ਮਿਲਣ ਕੁਆਓ। ਜਿਨ੍ਹਾਂ ਦੀਆਂ ਅੱਖਾਂ 'ਚ ਨੀਂਦ ਹੀ ਭਰੀ ਰਹਿੰਦੀ ਹੈ ਉਹਨਾਂ ਨੂੰ ਕਿਵੇਂ ਵਾਹਿਗੁਰੂ ਦਾ ਪਿਆਰ ਮਿਲੇਗਾ। ਸਾਹਿਬ ਜੀ ਨੇ ਸਾਨੂੰ ਵਾਰ ਵਾਰ ਇਹ ਗੱਲ ਕਹੀ, ਨਾਉ ਪ੍ਰਭਾਤੈ ਸ਼ਬਦ ਧਿਆਈਐ ਛੋਡੋ ਦੁਨੀ ਭਰੀਤਾ, ਸ਼ਬਦ ਦੀ ਆਰਾਧਨਾ ਕਰ। ਜਿਨ੍ਹਾਂ ਗੁਰਮੁਖਾਂ ਨੇ ਜਪਿਆ, ਜਿਨ੍ਹਾਂ ਨੇ ਆਪਣੇ ਆਪਣੇ ਜੀਵਨ ਦੇ ਤਜ਼ਰਬੇ ਲਿਖੇ, ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਰਘਵੀਰ ਸਿੰਘ ਜੀ ਵੀਰ, ਹੋਰ ਬਹੁਤ ਸਾਰੇ ਗੁਰਮੁਖਾਂ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਅਨੁਭਵ ਨੂੰ ਲਿਖਿਆ, ਉਹਨਾਂ ਨੇ ਇਹ ਗੱਲ ਲਿਖੀ ਭਈ ਜਿਸ ਨੇ ਅੰਦਰ ਵਾਹਿਗੁਰੂ ਦਾ ਨਾਮ ਵਸਾਉਣਾ ਉਸ ਦੇ ਵਾਸਤੇ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਹੈ। ਫਿਰ ਉੱਠ ਕੇ ਵਾਹਿਗੁਰੂ ਦਾ ਧਿਆਨ ਧਰਦੇ ਹੋਏ ਵਾਹਿਗੁਰੂ ਦਾ ਜਪ ਕਰਨਾ, ਫਿਰ ਨਿਤਨੇਮ ਕਰਨਾ। ਕਈ ਵਾਰੀ ਐਸਾ ਹੁੰਦਾ ਕਿ ਅਸੀਂ ਗੁਰੂ ਘਰ ਆਣ ਕੇ ਨਿਤਨੇਮ ਕਰ ਰਹੇ ਹੁੰਦੇ ਹਾਂ ਜਿੱਥੇ ਕਥਾ ਕੀਰਤਨ ਹੋ ਰਿਹਾ ਹੁੰਦਾ, ਐਸਾ ਠੀਕ ਨਹੀਂ ਹੈ। ਉੱਥੇ ਬੈਠ ਕੇ ਕਥਾ ਕੀਰਤਨ ਹੀ ਸਰਵਣ ਕਰਨਾ ਚਾਹੀਦਾ। ਨਿਤਨੇਮ ਸਾਡਾ ਹੋਮਵਰਕ ਹੈ, ਨਿੱਜੀ ਹੈ, ਇਸ ਕਰਕੇ ਘਰੋਂ ਹੀ ਨਿਤਨੇਮ ਕਰਕੇ ਆਉਣਾ ਚਾਹੀਦਾ। ਗੁਰੂ ਕਹਿੰਦੇ ਵਡਿਆਈ ਵਿਚਾਰ,
ਵਾਹਿਗੁਰੂ ਦੀ ਸਿਫਤੋ ਸਲਾਹ ਦੇ ਗੀਤ ਗਾ। ਜਪਜੀ ਸਾਹਿਬ ਵੀ ਸਿਫਤੋ ਸਲਾਹ ਕਰਦੀ ਹੈ, ਸੁਖਮਣੀ ਸਾਹਿਬ ਵੀ ਸਿਫਤੋ ਸਲਾਹ ਕਰਦੀ ਹੈ। ਜਦੋਂ ਪ੍ਰੇਮ ਦੇ ਨਾਲ ਵਾਹਿਗੁਰੂ ਕਿਹਾ ਜਾਂਦਾ, ਉਹ ਵੀ ਵਾਹਿਗੁਰੂ ਜੀ ਦੀ ਸਿਫਤੋ ਸਲਾਹ ਹੈ। ਸੋ ਅੰਦਰ ਜਿਹੜਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹੋਇਆ, ਅੰਦਰ ਜਿਹੜਾ ਹੈ ਵਾਹਿਗੁਰੂ ਜੀ ਦੇ ਨਾਲ ਜੁੜ ਜਾਵੇ, ਇਸ ਦਾ ਅਭਿਆਸ ਵਾਰ ਵਾਰ ਕਰਨਾ ਅਤੇ ਉਸ ਦੇ ਗੁਣਾਂ ਨੂੰ ਚੇਤੇ ਕਰਕੇ, ਵਾਹਿਗੁਰੂ ਦੇ ਪਰ ਉਪਕਾਰਾਂ ਨੂੰ ਚੇਤੇ ਕਰਕੇ ਸਵੇਰੇ ਵਾਹਿਗੁਰੂ ਜੀ ਦਾ ਧਿਆਨ ਧਰਦੇ ਹੋਏ ਫਿਰ ਨਿਤਨੇਮ ਕਰਨਾ। ਇਹ ਗੱਲ ਸਮਝ ਲੈਣੀ, ਵਾਹਿਗੁਰੂ ਜੀ ਦੀ ਯਾਦ ਜਿਹੜੀ ਹੈ ਸਾਡੇ ਹਿਰਦੇ ਵਿੱਚ ਉਸ ਤੋਂ ਬਾਅਦ ਵੱਸਦੀ ਹੈ ਜੇ ਪਹਿਲੋਂ ਬਾਣੀ ਵੱਸ ਜਾਵੇ। ਇਸ ਕਰਕੇ ਬਾਣੀ ਵਸਾਉਣ ਵਾਸਤੇ ਸਾਡੇ ਲਈ ਪੜ੍ਹਨੀ, ਦੂਸਰਾ ਸ਼ਬਦ ਹੈ ਵਿਚਾਰਨੀ, ਅਤੇ ਤੀਸਰਾ ਸ਼ਬਦ ਹੈ ਉਸ ਦੇ ਅਨੁਸਾਰ ਜਿਉਣ ਦੀ ਕੋਸ਼ਿਸ਼ ਕਰਦੇ ਰਹਿਣਾ। ਇਸੇ ਕਰਕੇ ਸਾਹਿਬਾ ਜੀ ਨੇ ਕਿਹਾ, ਕਹਿਣ ਲੱਗੇ, ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੈ ਹਰਨਾਮਾ। ਜਿਹੜਾ ਬਾਣੀ ਨਾਲ ਆਪਣੀ ਜਾਣ ਪਹਿਚਾਣ ਪਾ ਲੈਂਦਾ, ਜਿਹਦੇ ਮਨ 'ਚ ਵੱਸ ਜਾਵੇ, ਜਿਵੇਂ ਸਾਡੇ ਟ੍ਰੈਫਿਕ ਦੇ ਰੂਲ ਐਂਡ ਰੈਗੂਲੇਸ਼ਨ ਵੱਸ ਗਏ ਹੈ। ਅੱਜ ਸਾਰਾ ਦਿਨ ਹੀ ਫੇਸਬੁੱਕ, ਵਟਸਐਪ ਅਤੇ ਨਿਊਜ਼ 'ਤੇ ਚੱਲਦਾ ਰਿਹਾ ਜੀ, ਅੱਜ ਤੋਂ ਜੁਰਮਾਨੇ ਸ਼ੁਰੂ ਹੋ ਗਏ, ਮੋਬਾਈਲ ਤੁਸੀਂ ਗੱਡੀ ਦੇ ਵਿੱਚ ਨਹੀਂ ਸੁਣ ਸਕਦੇ, ਨਹੀਂ ਕਰ ਸਕਦੇ। ਕਿੰਨੇ ਕੌਂਸ਼ੀਅਸ ਆ ਅਸੀਂ ਟ੍ਰੈਫਿਕ ਦੇ ਰੂਲ ਦੇ ਬਾਰੇ ਵਿੱਚ, ਪਰ ਜਿਹੜੇ ਸਿੱਖੀ ਦੇ ਰੂਲ ਨੇ ਉਹਨਾਂ ਦੇ ਬਾਰੇ ਅਸੀਂ ਅਵੇਅਰ ਨਹੀਂ ਆ। ਵੀ ਸ਼ਰਾਬ ਨਹੀਂ ਪੀਣੀ, ਨਿੰਦਿਆ ਨਹੀਂ ਕਰਨੀ, ਚੋਰੀ ਨਹੀਂ ਕਰਨੀ, ਠੱਗੀ ਨਹੀਂ ਕਰਨੀ। ਗੁਰੂ ਦੀ ਬਾਣੀ ਸਾਨੂੰ ਇਹਨਾਂ ਗੱਲਾਂ ਤੋਂ ਰੋਕਦੀ ਹੈ। ਜਿਸ ਗੁਰਮੁਖ ਦੇ ਅੰਦਰ ਇਹ ਗੁਰ ਕੀ ਬਾਣੀ ਵੱਸ ਜਾਂਦੀ ਹੈ, ਫਿਰ ਉਹ ਨਿੰਦਿਆ ਤੋਂ, ਚੋਰੀ ਤੋਂ, ਨਸ਼ਿਆਂ ਤੋਂ, ਵਿਕਾਰਾਂ ਤੋਂ ਬਚ ਜਾਂਦਾ ਹੈ। ਇਹਨਾਂ ਤੋਂ ਬਚ ਕੇ ਹੀ ਫਿਰ ਜਪਿਆ ਹੋਇਆ ਨਾਮ ਜਿਹੜਾ ਉਹ ਥਾਏ ਪੈਂਦਾ ਹੈ। ਜੇ ਅਸੀਂ ਨਾਮ ਵੀ ਜਪੀ ਜਾਂਦੇ ਹਾਂ, ਬਾਣੀ ਵੀ ਪੜ੍ਹੀ ਜਾਈਏ, ਅਤੇ ਨਿੰਦਿਆ ਵੀ, ਠੱਗੀ ਵੀ, ਚੋਰੀ ਵੀ, ਵਿਕਾਰ ਵੀ ਕਰੀ ਜਾਈਏ, ਤਾਂ ਉਹ ਜਪਿਆ ਹੋਇਆ ਥਾਏ ਨਹੀਂ ਪੈਂਦਾ ਹੈ। ਪਰ ਇਹ ਗੱਲ ਹੈ ਕਿ ਇਸ ਪ੍ਰੋਸੈਸਿੰਗ ਦੇ ਵਿੱਚ ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਸੰਗਤ ਕਰਦਿਆਂ ਅੰਦਰ ਦੀ ਮੈਲ ਹੌਲੀ ਹੌਲੀ ਧੁੱਪ ਜਾਂਦੀ ਹੈ। ਜਿਉਂ ਜਿਉਂ ਵਿਕਾਰਾਂ ਦੀ ਮੈਲ ਧੁੱਪ ਜਾਵੇ, ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਟਿਕ ਜਾਂਦਾ ਹੈ। ਇਸ ਲਈ ਨਾ ਸੰਗਤ ਕਰਨੀ ਛੱਡਣੀ ਹੈ, ਨਾ ਨਿਤਨੇਮ ਕਰਨਾ ਛੱਡਣਾ ਹੈ, ਨਾ ਬਾਣੀ ਦੀ ਵਿਚਾਰ ਕਰਨੀ ਛੱਡਣੀ ਹੈ। ਇਹ ਸਾਰਾ ਕੁਝ ਕਰਦਿਆਂ ਕਰਦਿਆਂ ਜੀਵਨ ਦੇ ਵਿੱਚ ਗੁਰਮਤ ਨੂੰ ਧਾਰਨ ਕਰਕੇ ਚੱਲਣਾ। ਸਾਹਿਬ ਕਹਿੰਦੇ ਇਹ ਹੈ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿੱਚ ਕਿਸੇ ਹੋਰ ਦੀ ਨਹੀਂ। ਅਤੇ ਅਸੀਂ ਤੇਰੀ ਸੁਰਤ ਵਿੱਚ ਕੋਈ ਬੰਦਾ ਨਾ ਵਸਿਆ ਹੋਵੇ, ਤੇਰੀ ਸੁਰਤ ਦੇ ਵਿੱਚ ਕੋਈ ਦੂਸਰਾ ਨਾ ਵਸਿਆ ਹੋਵੇ, ਸਿਰਫ ਸੱਚ ਨਾਮ ਦੀ ਵਡਿਆਈ। ਇਸ ਕਰਕੇ ਕਿਸੇ ਮੂਰਤੀ ਦੀ, ਕਿਸੇ ਫੋਟੋ ਦੀ ਅੱਗੇ ਰੱਖ ਕੇ ਉਪਾਸ਼ਨਾ ਗੁਰਮੁਖ ਨਹੀਂ ਕਰਦਾ। ਗੁਰਮੁਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੀ ਸੁਰਤ ਵਿੱਚ ਵਸਾ ਕੇ ਉਸ ਦੀ ਸਿਫਤੋ ਸਲਾਹ ਕਰਦਾ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਇੰਜ ਫਿਰ ਜਿਹੜੇ ਗੁਰਮੁਖ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਵਾਹਿਗੁਰੂ ਜੀ ਦੀ ਸਿਫਤੋ ਸਲਾਹ ਵਿੱਚ ਜੁੜੇ ਰਹਿੰਦੇ ਨੇ, ਅਭਿਆਸੀ ਹੋ ਜਾਂਦੇ ਨੇ, ਫਿਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਦੇ ਉੱਪਰ ਕਰਮੀ ਦਾ ਭਾਵ ਹੈ ਬਖਸ਼ਿਸ਼ ਦਾ, ਬਖਸ਼ਿਸ਼ ਦਾ ਉਹਨਾਂ ਨੂੰ ਕੱਪੜਾ ਮਿਲਦਾ ਹੈ। ਵਾਹਿਗੁਰੂ ਦੀ ਬਲੈਸਿੰਗ ਹੁੰਦੀ ਹੈ, ਦ ਰੋਬ ਆਫ ਬਲੈਸਿੰਗ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ ਵਿਕਾਰਾਂ ਤੋਂ, ਔਗਣਾਂ ਤੋਂ। ਉਹਨਾਂ ਦੇ ਜੀਵਨ ਦੇ ਸਾਰੇ ਔਗਣ ਖਤਮ ਹੋ ਜਾਂਦੇ ਨੇ, ਅਤੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੇ ਅੰਦਰ ਫਿਰ ਗੁਣਾਂ ਦਾ ਪ੍ਰਗਟਾਵਾ ਹੋ ਜਾਂਦਾ। ਉਹਨਾਂ ਦੇ ਅੰਦਰ ਸੱਤ ਸੰਤੋਖ, ਦਇਆ, ਧਰਮ ਦੇ ਰੱਬੀ ਗੁਣ ਪ੍ਰਗਟ ਹੋ ਜਾਂਦੇ ਨੇ, ਅਤੇ ਛੁਟਕਾਰਾ ਤਾਂ ਇਹਨਾਂ ਤੋਂ ਹੀ ਪਾਉਣਾ ਚਾਹੁੰਦੇ ਆ। ਸਾਹਿਬ ਕਹਿਣ ਲੱਗੇ ਨਾਨਕ ਏਵੇ ਜਾਣੀਐ ਸਭ ਆਪੇ ਸੱਚ। ਆਮ ਤੌਰ 'ਤੇ ਅਸੀਂ ਇੱਥੇ ਐਵੇਂ ਪੜ੍ਹ ਦਿੰਦੇ ਹਾਂ, ਈੜੀ ਨੂੰ ਦਲਾਵਾਂ ਪੜ੍ਹ ਕੇ ਅਤੇ ਉਹਨੂੰ ਜਿਹੜਾ ਹੈ ਅਰਥ ਦੇ ਅਨਰਥ ਕਰ ਦਿੰਦੇ ਹਾਂ। ਇੱਥੇ ਪੜ੍ਹਨਾ ਚਾਹੀਦਾ ਏ ਵਹਿ ਦੁਲਾਵਾਂ। ਇਸ ਤਰੀਕੇ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਜਾਣ ਲਿਆ ਉਹਨਾਂ ਨੇ ਕਿਹਾ ਕਿ ਸਭ ਆਪੇ ਸਚਿਆਰ, ਇਹ ਸਾਰਾ ਕੁਝ ਵਾਹਿਗੁਰੂ ਆਪ ਹੀ ਹੈ। ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਹੋ ਬਲ ਜਾਓ ਜੀਓ। ਜਿਨ੍ਹਾਂ 'ਤੇ ਰਹਿਮਤ ਹੋ ਗਈ, ਜਿਹੜੇ ਔਗਣਾਂ ਵਿਕਾਰਾਂ ਤੋਂ ਮੁਕਤ ਹੋ ਗਏ, ਫਿਰ ਉਹਨਾਂ ਨੂੰ ਇੱਕੋ ਹੀ ਗੱਲ ਨਜ਼ਰੀ ਆਉਂਦੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਐਸੀ ਅਵਸਥਾ ਵਿੱਚ ਪਹੁੰਚਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਅੱਜ ਦੇ ਸ਼ਬਦ ਵਿੱਚ ਹੁਕਮ ਕਰਦੇ ਨੇ ਵੀ ਸਵੇਰੇ ਉੱਠ ਕੇ ਜਿਹੜਾ ਪਹਿਲਾ ਕੰਮ ਤੇਰਾ ਕਰਨ ਵਾਲਾ ਹੈ ਉਹ ਰੱਬ ਜੀ ਦੀ ਸਿਫਤੋ ਸਲਾਹ ਕਰਨੀ, ਵਾਹਿਗੁਰੂ ਜੀ ਦੇ ਸ਼ਬਦ ਵਿੱਚ ਆਪਣਾ ਧਿਆਨ ਲਾਉਂਦੇ ਹੋਏ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦਿਆਂ ਬਾਣੀ ਨੂੰ ਪ੍ਰੇਮ ਨਾਲ ਗਾ ਕੇ ਅੰਮ੍ਰਿਤ ਵੇਲਾ ਬਤੀਤ ਕਰ। ਉਹ ਦਿਨ ਵੀ ਤੇਰੀ ਜੀਵਨ ਵਿੱਚ ਆਵੇਗਾ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ। ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ, ਇਸ ਤੋਂ ਅੱਗੇ ਦੀ ਵਿਚਾਰ ਅਗਲੇ ਹਫ਼ਤੇ ਗੁਰੂ ਸਾਹਿਬ ਆਪ ਕਰਵਾ ਲੈਣ। ਫਤਿਹ ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।